ਗੁਜਰੀ ਮਹੱਲਾ ਪਹਿਲਾ। ਐ ਜੀ ਨਾ ਹਮ ਉੱਤਮ ਨੀਚ ਨ ਮੱਧਮ, ਹਰ ਸਰਣਾਗਤ ਹਰ ਕੇ ਲੋਕ। ਐ ਜੀ ਨਾ ਹਮ ਉੱਤਮ ਨੀਚ ਨ ਮੱਧਮ, ਇੱਥੇ ਵਿਸਰਾਮ, ਹਰ ਸਰਣਾਗਤ ਹਰ ਕੇ ਲੋਕ। ਨਾਮ ਰਤੇ ਕੇਵਲ ਬੈਰਾਗੀ, ਸੋਗ ਬਜੋਗ ਵਿਸਰਜਿਤ ਭੋ ਰੋਗ। ਵਿਸਰਜਿਤ ਉਚਾਰਨ ਕਰਨਾ, ਬੱਬੇ ਤੋਂ ਡੈਸ਼ ਦੇ ਕੇ ਵਿਸਰਜਿਤ ਨਹੀਂ ਕਹਿਣਾ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਸਤਿਗੁਰ ਵਾਕ ਹਿਰਦੈ ਹਰ ਨਿਰਮਲ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਹਾਂਜੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਾਮ ਕਾਣ ਨਾ ਜਾਮ ਕੀ ਬਾਕੀ, ਰਹਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ, ਬਿਨ ਹਰ ਨਾਮ ਬ੍ਰਿਥਾ ਜਗ ਜੀਵਨ, ਹਰ ਬਿਨ ਨਿਹਫਲ ਮੇਕ ਘਰੀ। ਹਾਂ, ਕੱਕਾ ਉਚਾਰਨ ਕਰਨਾ, ਆਮ ਕਈ ਮੇਕ ਘਰੀ ਕਹਿ ਜਾਂਦੇ ਹਨ, ਮੇਕ ਮੇਕ, ਇਸ ਤਰ੍ਹਾਂ ਪੂਰਾ ਕੱਕਾ ਬੋਲਣਾ ਹੈ। ਬਿਨ ਹਰ ਨਾਮ ਬ੍ਰਿਥਾ ਜਗ ਜੀਵਨ, ਇੱਥੇ ਵਿਸਰਾਮ, ਹਰ ਬਿਨ ਇੱਥੇ ਠਮਕ, ਨਿਹਫਲ ਮੇਕ ਘਰੀ। ਐ ਜੀ ਖੋਟੇ ਠੌਰ ਨਾਹੀ ਘਰ ਬਾਹਰ, ਐ ਜੀ ਖੋਟੇ ਠੌਰ ਨਾਹੀ ਘਰ ਬਾਹਰ, ਨਿੰਦਕ ਗਾਤ ਨਹੀਂ ਕਾਈ, ਨਿੰਦਕ ਗਾਤ ਨਹੀਂ ਕਾਈ, ਰੋਸ ਕਰੈ ਪ੍ਰਭ ਬਖਸ਼ ਨਾ ਮੇਟੈ, ਨਿਤ ਨਿਤ ਚੜੈ ਸਵਾਈ। ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰਾ ਠਾਕੁਰ ਆਪ ਦਿਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਭਾਈ। ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮਨਾ ਅਧੂਆ ਰਾਈ। ਬਿਲਮਨਾ ਅਧੂਆ ਰਾਈ, ਅਧੂਆ ਹੀ ਉਚਾਰਨ ਕਰਨਾ, ਅਧੂਆ ਨਹੀਂ ਕਹਿ ਦੇਣਾ। ਆਨੰਦ ਮੂਲ ਨਾਥ ਸਿਰ ਨਾਥਾ, ਆਨੰਦ ਮੂਲ ਨਾਥ ਸਿਰ ਨਾਥਾ, ਆਨੰਦ ਮੂਲ ਨਾਥ ਸਿਰ ਨਾਥਾ, ਨਾਥ ਸਿਰ ਨਾਥਾ, ਨਾਥ ਸਿਰ ਨਾਥਾਂ ਦੇ ਸਿਰਾਂ ਸ਼੍ਰੋਮਣੀ ਨਾਥ। ਸਤਿਗੁਰ ਮੇਲ ਮਿਲਾਈ, ਐ ਜੀ ਸਦਾ ਦਇਆਲ ਦਇਆ ਕਰ ਰਵਿਆ, ਗੁਰਮਤ ਭ੍ਰਮਣ ਚੁਕਾਈ, ਪਾਰਸ ਭੇਟ ਕੰਚਨ ਧਾਤ ਹੋਈ, ਸਤ ਸੰਗਤ ਕੀ ਵਡਿਆਈ, ਹਰ ਜਾਲ ਨਿਰਮਲ ਮਨ ਇਸਨਾਨੀ, ਮੱਜਣ ਸਤਿਗੁਰ ਭਾਈ, ਪੁਨਰਪ ਜਨਮ ਨਾਹੀ ਜਨ ਸੰਗਤ। ਵੀ ਠਮਕ ਧਿਆਨ ਨਾਲ ਲਾਉਣੀ ਹੈ, ਪੁਨਰਪ ਜਨਮ ਨਾਹੀ ਜਨ ਸੰਗਤ, ਨਾਹੀ ਜਨ ਸੰਗਤ ਨਹੀਂ ਕਹਿਣਾ, ਪੁਨਰਪ ਜਨਮ ਨਾਹੀ ਜਾਨ ਸੰਗਤ, ਜੋਤੀ ਜੋਤ ਮਿਲਾਈ, ਤੂੰ ਵੱਡ ਪੁਰਖ ਅਗੰਮਤ ਰੋਵਰ, ਤੂੰ ਵੱਡ ਪੁਰਖ ਅਗੰਮਤ ਰੋਵਰ, ਹਮ ਪੰਖੀ ਤੋਜ ਮਾਹੀ, ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸਬਦ ਸਲਾਹੀ। ਗੁਜਰੀ ਮਹੱਲਾ ਪਹਿਲਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਗਤ ਪ੍ਰੇਮ ਅਰਦਿਤਿਅੰ, ਸੱਚ ਪਿਆਸ ਪਰਮ ਹਿਤੰ। ਨਹੀਂ, ਸ਼ੁੱਧ ਬੋਲੋ ਜੀ। ਭਗਤ ਪ੍ਰੇਮ ਆਰਾਧਿਤੰ, ਆਰਾਧਿਤੰ ਬੋਲਣਾ, ਆਰਾਧਿਤੰ
ਐ ਬੋਲਣਾ ਇਕੱਠੇ। ਬਿਲ ਲਾਪ ਬਿਲ ਬੇਨੰਤੀਆ ਭਗਤ ਪ੍ਰੇਮ ਆਰਾਧਿਤੰ ਇੱਥੇ ਵਿਸਰਾਮ ਸੱਚ ਪਿਆਸ ਪਰਮ ਹਿਤੰ ਹਿਤੰ ਪੋਲਾ ਹੀ ਬੋਲਣਾ। ਬਿਲ ਲਾਪ ਬਿਲ ਬੇਨੰਤੀਆ ਦੋਵੇਂ ਲੱਲੇ ਬਿਲ ਲਾਪ ਬਿਲ ਬੇਨੰਤੀਆ ਸੁਖ ਪਾਏ ਚਿਤ ਹਿਤੰ ਸੁਖ ਪਾਏ ਚਿਤ ਹਿਤੰ ਜਪ ਮਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਹਾਉ ਸੰਸਾਰ ਸਾਗਰ ਤਾਰ ਤਾਰਨ ਇੱਥੇ ਵਿਸਰਾਮ ਹੈ ਰਾਮ ਰਾਮ ਨਾਮ ਇਹ ਰਾਮ ਨਾਮ ਨਹੀਂ ਕਹਿ ਦੇਣਾ ਰਾਮ ਨਾਮ ਇੱਥੇ ਠਮਕ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣ ਮਤ ਤਤ ਗਿਆਨੰ ਕਲਿਆਣ ਨਿਧਾਨੰ ਇੱਥੇ ਵਿਸਰਾਮ ਹਰ ਨਾਮ ਮਨ ਰਮਣ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ ਆਏ ਵਿਸਰਾਮ ਵੀ ਧਿਆਨ ਨਾਲ ਉਚਾਰਨ ਕਰਨਾ ਹੈ ਚਲ ਚਲ ਚਿਤ ਵਿਤ ਭ੍ਰਮਾ ਭ੍ਰਮੰ ਇੱਥੇ ਵਿਸਰਾਮ ਜਗ ਇੱਥੇ ਜਮਕ ਮੋਹ ਮਗਨ ਹਿਤੰ ਥਿਰ ਨਾਮ ਭਗਤ ਦ੍ਰਿੜੰ ਮਤੀ ਮਤੀ ਦ੍ਰਿੜੰ ਮਤੀ ਦ੍ਰਿੜੰ ਨੀ ਹੈ ਦ੍ਰਿੜੰ ਮਤੀ ਥਿਰ ਨਾਮ ਭਗਤ ਦ੍ਰਿੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਭਰਮ ਨ ਚੂਕਈ ਜਗ ਜਨਮ ਬਿਆਦ ਪਖੰ ਖਪੰ ਖਪੰ ਪਸਥਾਨ ਹਰ ਨਿਹ ਕੇਵਲੰ ਸਤਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਆਪਤੰ ਇਹੋ ਨੀ ਕਹਿਣਾ ਈੜੀ ਲਾ ਹਾਹੇ ਹੋੜਾ ਹੁੰਦਾ ਪਹਿਲਾਂ ਵੀ ਦੱਸਿਆ ਈੜੀ ਸਿਹਾਰੀ ਹਾਹੇ ਔਂਕੜ ਇਹੋ ਛੇਤੀ ਬੋਲਣਾ ਇਹੋ ਜਗ ਮੋਹ ਹੇਤ ਵਿਆਪਿਤੰ ਦੁੱਖ ਅਧਿਕ ਜਨਮ ਮਰਣੰ ਭਜ ਸਰਣ ਸਤਿਗੁਰ ਉਬਰਹਿ ਭਜ ਸਰਣ ਸਤਿਗੁਰ ਇੱਥੇ ਠਮਕ ਲਾ ਕੇ ਫਿਰ ਬੋਲਣਾ ਉਬਰਹਿ ਬਚ ਜਾਏਗਾ ਸਤਿਗੁਰ ਉਬਰਹਿ ਨੀ ਕਹਿਣਾ ਭਜ ਸਰਣ ਸਤਿਗੁਰ ਭੱਜ ਕੱਸ ਕੇ ਬੋਲਣਾ ਹੈ ਉਬਰ ਹੈ ਇੱਥੇ ਵਿਸਰਾਮ ਹੈ ਭੱਜ ਸਰਣ ਸਤਿਗੁਰ ਉਬਰਹਿ ਹਰ ਨਾਮ ਰਿਦ ਰਮਣ ਗੁਰਮਤ ਨਿਸ਼ਚਲ ਮਨ 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 ਸਹਿਜ ਵਿਚਾਰੰ ਗੁਰਮਤ ਨਿਹਚਲ ਇੱਥੇ ਠਮਕ ਮਨ ਮਨ ਇੱਥੇ ਵਿਸਰਾਮ ਹੈ ਗੁਰਮਤ ਨਿਹਚਲ ਮਨ 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 ਸਹਿਜ ਵਿਚਾਰੰ ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਸੋ ਮਨ ਨਿਰਮਲ ਇੱਥੇ ਠਮਕ ਜਿਤ ਸਾਚ ਅੰਤਰ ਇੱਥੇ ਵਿਸਰਾਮ ਗਿਆਨ ਰਤਨ ਸਾਰੰ ਭੈ ਭਾਏ ਭਗਤ ਤਰ ਭਵ ਜਲ ਮਨਾ ਚਿਤ ਲਾਏ ਹਰ ਚਰਣੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ ਲਭ ਲੋਭ ਲਹਿਰ ਨਿਵਾਰੰ ਲਭ ਲੋਭ ਲਹਿਰ ਨਿਵਾਰਣੰ ਨਿਵਾਰਣੰ ਪਦ ਤੋਂ ਪਹਿਲਾਂ ਵੀ ਠਮਕ ਲਾ ਦੇਣੀ ਹੈ ਨਿਵਾਰਣੰ ਤੇ ਵਿਸਰਾਮ ਹਰ ਨਾਮ ਰਾਸ ਮਨੰ ਮਨ ਮਾਰ ਤੁਹੀ ਨਿਰੰਜਨਾ ਤੁਹੀ ਉਚਾਰਨ ਕਰਨਾ ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਣੰ ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਆਮ ਨਚਾਈ ਕਹਿ ਜਾਂਦੇ ਨੇ ਧਿਆਨ ਨਾਲ ਉਚਾਰਨ ਕਰਨਾ ਨਚਾਈ ਨਿਰਤ ਕਰੀ ਇੱਥੇ ਵਿਸਰਾਮ ਹੈ ਇਹੋ ਮਨ
ਤੇ ਠਮਕ ਨਚਾਈ। ਗੁਰ ਪ੍ਰਸਾਦੀ ਆਪ ਗਵਾਈ, ਚਿੱਤ ਥਿਰ ਰਾਖੈ ਸੋ ਮੁਕਤ ਹੋਵੈ, ਜੋ ਇੱਛੀ ਸੋਈ ਫਲ ਪਾਈ, ਨਾਚ ਰੇ ਮਨ ਗੁਰ ਕੈ ਆਗੈ, ਗੁਰ ਕੈ ਭਾਣੈ ਨੱਚ ਹੈ ਤਾ ਸੁਖ ਪਾਵਹਿ, ਅੰਤੇ ਜਾਮ ਭਉ ਭਾਗੈ ਰਹਾਉ। ਆਪ ਨਚਾਈ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਈ, ਆਪੇ ਗਾਵੈ ਆਪ ਸੁਣਾਵੈ, ਇਸ ਮਨ ਅੰਧੇ ਕੋ ਮਾਰਗ ਪਾਈ, ਅਨ ਦਿਨ ਨਾਚੈ ਸਖਤ ਨਿਵਾਰੈ, ਸੇਵ ਘਰ ਨੀਂਦ ਨ ਹੋਈ, ਸਖਤੀ ਕਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ, ਮਨਮੁਖ ਭਗਤ ਨ ਹੋਈ। ਇਹ ਵਿਸਰਾਮ ਧਿਆਨ ਨਾਲ ਲਾਉਣਾ, ਸਖਤੀ ਕਰ ਜਗਤ ਸੂਤਾ, ਇੱਥੇ ਠਮਕ ਲਾ ਦੇਣੀ ਹੈ ਅਰਧ ਵਿਸਰਾਮ, ਸਖਤੀ ਕਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ, ਇੱਥੇ ਵਿਸਰਾਮ ਹੈ, ਮਨਮੁਖ ਭਗਤ ਨ ਹੋਈ। ਸੁਰ ਨਰ ਵਿਰਤ ਪੱਖ ਕਰਮੀ ਨਾਚੇ, ਮੁਨ ਜਨ ਗਿਆਨ ਵਿਚਾਰੀ। ਇਹ ਸੁਰ ਨਰ ਸੰਬੰਧਕ ਪਾਠ ਹੈ, ਵਿਰਤ ਪੱਖ ਇਹ ਵੀ ਸੰਬੰਧਕ ਪਾਠ ਹੈ, ਯਾਨੀ ਵਿਰਤ ਪੱਖ ਦਾ ਅਰਥ ਹੈ ਵੀ ਪ੍ਰਵਿਰਤੀ ਦੇ ਪੱਖ ਵਾਲੇ ਜਿਹੜੇ ਹਨ। ਕਰਮੀ ਨਾਚੇ, ਇੱਥੇ ਵਿਸਰਾਮ ਹੈ। ਮੁਨ ਜਨ ਗਿਆਨ ਵਿਚਾਰੀ, ਸਿੱਧ ਸਾਧਕ ਲਿਵ ਲਾਗੀ ਨਾਚੇ, ਜੇਨ ਗੁਰਮੁਖ ਬੁੱਧ ਵਿਚਾਰੀ, ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ, ਜਿਨ ਲਾਗੀ ਹਰ ਲਿਵ ਤੁਮਾਰੀ, ਜੀ ਜੰਤ ਸਭੇ ਹੀ ਨਾਚੇ, ਨਾਚੈ ਖਾਣੀ ਚਾਰੀ, ਜੋ ਤੁਧ ਭਾਵ ਹੈ ਸੇ ਹੀ ਨਾਚੈ ਹੈ, ਜਿਨ ਗੁਰਮੁਖ ਸ਼ਬਦ ਲਿਵ ਲਾਏ, ਸੇ ਭਗਤ ਸੇ ਤਤ ਗਿਆਨੀ, ਜਿਨ ਕਾ ਹੁਕਮ ਮਨਾਏ, ਇਹਾ ਭਗਤ ਸੱਚੇ ਸਿਉ ਲਿਵ ਲਾਗੈ, ਬਿਨ ਸੇਵਾ ਭਗਤ ਨਾ ਹੋਈ, ਜੀਵਤ ਮਰੈ ਤਾ ਸ਼ਬਦ ਵਿਚਾਰੈ, ਤਾ ਸੱਚ ਪਾਵੈ ਕੋਈ, ਮਾਇਆ ਕੈ ਅਰਥ ਬਹੁਤ ਲੋਕ ਨਾਚੇ, ਕੋ ਵਿਰਲਾ ਤਤ ਵਿਚਾਰੀ, ਗੁਰ ਪ੍ਰਸਾਦੀ ਸੋਈ ਜਨ ਪਾਏ, ਜਿਨ ਕਉ ਕਿਰਪਾ ਤੁਮਾਰੀ, ਇੱਕ ਦਮ ਸਾਚਾ ਵਿਸਰੈ। ਇਹ ਦਮ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ, ਇੱਕ ਦਮ ਸਾਚਾ ਵਿਸਰੈ, ਸਾ ਵੇਲਾ ਵਿਰਸਾ ਜਾਏ, ਸਾਹਿ ਸਾਹਿ ਸਦਾ ਸੰਭਾਲੀਐ, ਆਪੇ ਬਖਸੇ ਕਰੇ ਰਜਾਏ, ਸੇਈ ਨੱਚ ਹੈ ਜੋ ਤੁਧ ਭਾਵ ਹੈ, ਜੇ ਗੁਰਮੁਖ ਸ਼ਬਦ ਵਿਚਾਰੀ, ਕਹੁ ਨਾਨਕ ਸੇ ਸਹਿਜ ਸੁਖ ਪਾਵਹਿ, ਜਿਨ ਕਉ ਨਦਰ ਤੁਮਾਰੀ। ਗੁਜਰੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੈ, ਜਿਉ ਬਾਲਕ ਖੀਰ ਅਧਾਰੀ, ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ, ਅਗਮ ਅਗੋਚਰ ਪ੍ਰਭ, ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ, ਆਪਣੇ ਸਤਿਗੁਰ ਕੈ ਬਲਿਹਾਰੀ, ਮਨ ਰੇ ਹਰ ਕੀਰਤ ਤਰ ਤਾਰੀ, ਮਨ ਰੇ, ਹਾਂਜੀ ਮਨ ਰੇ ਤੇ ਵਿਸਰਾਮ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ, ਜਿਨ ਕਉ ਕਿਰਪਾ ਤੁਮਾਰੀ ਰਹਾਉ, ਸਨਕ ਸਨੰਦਨ ਨਾਰਦ ਮੁਨ ਸੇਵੈ, ਅਨ ਦਿਨ ਜਪਤ ਰਹਿ ਬਨਵਾਰੀ, ਸਨਕ ਸਨੰਦਨ ਨਾਰਦ ਮੁਨ ਸੇਵੈ,
ਅਨ ਦਿਨ ਜਪਤ ਰਹਿ ਬਨਵਾਰੀ। ਸਰਣਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ, ਅਲਖ ਨਿਰੰਜਨ ਏਕੋ ਵਰਤੈ। ਅਲਖ ਅਲਖ ਲਖਨ ਤੋਂ ਰਹਿਤ, ਅਲਖ ਨਿਰੰਜਨ ਏਕੋ ਵਰਤੈ, ਏਕਾ ਜੋਤ ਮੁਰਾਰੀ, ਸਭ ਜਾਚਿਕ ਤੂੰ ਏਕੋ ਦਾਤਾ, ਮਾਗਹਿ ਹਾਥ ਪਸਾਰੀ, ਭਗਤ ਜਨਾ ਕੀ ਊਤਮ ਬਾਣੀ, ਗਾਵਹਿ ਅਕਥ ਕਥਾ ਨਿਤ ਨਿਆਰੀ। ਗਾਵਹਿ ਅਕਥ ਕਥਾ ਨਿਤ ਨਿਆਰੀ, ਸਫਲ ਜਨਮ ਭਇਆ ਤਿਨ ਕੇਰਾ, ਸਫਲ ਜਨਮ ਭਇਆ ਤਿਨ ਕੇਰਾ, ਸਫਲ ਜਨਮ ਭਇਆ ਤਿਨ ਕੇਰਾ, ਆਪ ਤਰੇ ਕੋਲ ਤਾਰੀ, ਮਨਮੁਖ ਦੁਬਦਾ ਦੁਰਮਤ ਵਿਆਸੇ, ਮਨਮੁਖ ਦੁਬਦਾ ਦੁਰਮਤ ਵਿਆਪੇ, ਜਿਨ ਅੰਤਰ ਮੋਹ ਗੁਬਾਰੀ, ਸੰਤ ਜਨਾ ਕੀ ਕਥਾ ਨਾ ਭਾਵੈ, ਓਏ ਡੂਬੇ ਸਣ ਪਰਵਾਰੀ। ਮਨਮੁਖ ਦੁਬਦਾ ਦੁਰਮਤ ਵਿਆਪੇ, ਜਿਨ ਅੰਤਰ ਮੋਹ ਗੁਬਾਰੀ, ਸੰਤ ਜਨਾ ਕੀ ਕਥਾ ਨਾ ਭਾਵੈ, ਓਏ ਡੂਬੇ ਸਣ ਪਰਵਾਰੀ। ਨਿੰਦਕ ਨਿੰਦਾ ਕਰ ਮਲ ਧੋਵੈ, ਨਿੰਦਕ ਨਿੰਦਾ ਕਰ ਮਲ ਧੋਵੈ, ਓਹ ਮਲ ਭਖ ਮਾਇਆ ਧਾਰੀ। ਮਲ ਭਖ ਵਿੱਚ ਡੈਸ਼ ਦੇ ਕੇ ਪਾਠ ਉਚਾਰਨ ਕਰਨਾ, ਓਹ ਮਲ ਭਖ, ਮਲ ਪੋਲਾ ਬੋਲਣਾ, ਭਖ ਕਸ ਕੇ ਬੋਲਣਾ। ਸੰਤ ਜਨਾ ਓਹ ਮਲ ਭਖ ਮਾਇਆ ਧਾਰੀ, ਨਿੰਦਕ ਨਿੰਦਾ ਕਰ ਮਲ ਧੋਵੈ, ਓਹ ਮਲ ਭਖ ਮਾਇਆ ਧਾਰੀ, ਸੰਤ ਜਨਾ ਕੀ ਨਿੰਦਾ ਵਿਆਪੇ, ਨਾ ਉਰ ਵਾਰ ਨਾ ਪਾਰੀ, ਇਹ ਪ੍ਰਪੰਚ ਖੇਲ ਕੀਆ ਸਭ ਕਰਤਾ, ਹਰ ਕਰਤਾ ਸਭ ਕਾਲ ਧਾਰੀ। ਇਹ ਪ੍ਰਪੰਚ ਖੇਲ ਕੀਆ ਸਭ ਕਰਤਾ, ਹਰ ਏਕੋ ਸੂਤ ਵਰਤੈ ਜੁਗ ਅੰਤਰ, ਸੂਤ ਖਿੰਚੈ ਏਕੰਕਾਰੀ। ਏਕੰਕਾਰੀ ਰਸਨ ਰਸਨ ਰਸ ਗਾਵਹਿ ਹਰ ਗੁਣ। ਇਹ ਪਾਠ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਕਰਾਇਆ ਜਾਂਦਾ ਹੈ, ਰਸ ਨਿਰਸਨ ਇੱਥੇ ਠਮਕ, ਰਸ ਗਾਵਹਿ ਹਰ ਗੁਣ ਇੱਥੇ ਵਿਸਰਾਮ ਲਾਉਣਾ ਹੈ। ਲਿਖਿਆ ਹੋਇਆ ਰਸਨ ਰਸਨ, ਪਰ ਇੱਕ ਨੰਨੇ ਦਾ ਨੰਨੇ ਸਿਹਾਰੀ ਨੂੰ ਇੱਧਰ ਰਸਨ ਦੇ ਨਾਲ ਜੋੜ ਦੇਣਾ ਹੈ। ਪਾਠ ਕਰਨਾ ਹੈ ਰਸ ਨਿਰਸਨ ਰਸ ਗਾਵਹਿ ਹਰ ਗੁਣ, ਰਸ ਨਿਰਸਨ ਰਸ ਗਾਵਹਿ ਹਰ ਗੁਣ, ਰਸਨਾ ਹਰ ਰਸ ਧਾਰੀ, ਨਾਨਕ ਹਰ ਬਿਨ ਅਵਰ ਨਾ ਮਾਗਾਉ, ਹਰ ਰਸ ਪ੍ਰੀਤ ਪਿਆਰੀ। ਗੁਜਰੀ ਮਹੱਲਾ ਪੰਜਵਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਜਨ ਮਹਿ ਤੂੰ ਰਾਜਾ ਕਹੀਐ, ਰਾਜਨ ਮਹਿ ਤੂੰ ਰਾਜਾ ਕਹੀਐ, ਭੂਮਨ ਮਹਿ ਭੂਮਾ ਠਾਕੁਰ ਮਹਿ ਠੁਕਰਾਈ ਤੇਰੀ। ਠਾਕੁਰ ਨੀ ਹੈ ਕੱਕੇ ਓਂਕੜ, ਠਾਕੁਰ ਮਹਿ ਠੁਕਰਾਈ ਤੇਰੀ। ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਧਨੀ ਅਗਮਾ, ਪਿਤਾ ਮੇਰੋ ਬਡੋ ਧਨੀ ਅਗਮਾ, ਉਸਤਤ ਕਵਣ ਕਰੀਜੈ ਕਰਤੇ ਪੇਖ ਰਹੇ ਬਿਸਮਾ, ਰਹਾਉ ਸੁਖੀਅਨ ਮਹਿ ਸੁਖੀਆ ਤੂੰ ਕਹੀਐ, ਦਾਤਨ ਸਿਰ ਦਾਤਾ, ਦਾਤਨ ਸਿਰ ਦਾਤਾ, ਤੇਜਨ ਮਹਿ ਤੇਜਵੰਸੀ ਕਹੀਐ, ਰਸੀਅਨ ਮਹਿ ਰਾਤਾ, ਰਸੀਅਨ ਮਹਿ ਰਾਤਾ, ਸੂਰਨ ਮਹਿ ਸੂਰਾ ਤੂੰ ਕਹੀਐ, ਭੋਗਣ ਮਹਿ ਭੋਗੀ,
ਗ੍ਰਸਤਨ ਮਹਿ ਤੂੰ ਵਡੋ ਗ੍ਰਹਿਸਤੀ ਗ੍ਰਹਿਸਤੀ ਇਹ ਪਾਠ ਪਹਿਲਾਂ ਆ ਗਿਆ ਗ੍ਰਸਤਨ ਮਹਿ ਤੂੰ ਵਡੋ ਗ੍ਰਹਿਸਤੀ ਰਾਰੀ ਨੂੰ ਸਿਆਰੀ ਗ ਰੇ ਹਸਤੀ ਗ੍ਰਹਿਸਤੀ ਗ੍ਰਸਤਨ ਮਹਿ ਤੂੰ ਵਡੋ ਗ੍ਰਹਿਸਤੀ ਇਕੱਠਾ ਹੀ ਪਾਠ ਹੈ ਗ੍ਰਹਿਸਤੀ ਜੋਗਣ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀ ਹੈ ਆਚਾਰਨ ਮਹਿ ਆਚਾਰੀ ਆਚਾਰਨ ਮਹਿ ਆਚਾਰੀ ਜਿਹੜੇ ਮਹਿ ਪਾ ਦੇ ਨਾ ਇੱਥੇ ਠਮਕ ਲੱਗੀ ਜਾਏਗੀ ਸਾਰੇ ਸਾਹਨ ਮਹਿ ਤੂੰ ਸਾਚਾ ਸਾਹਾ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਵਾਪਾਰਨ ਮਹਿ ਵਾਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਣ ਨਾਣੇ ਲਾ ਗਿਆ ਤੂੰ ਵੀ ਸਰਨ ਪਾਲਣ ਟੀਕਾ ਲਖਮੀ ਕੇਤਕ ਗਣੀ ਨਾ ਜਾਈਐ ਲਖਮੀ ਲਖਮੀ ਕੇਤਕ ਗਣੀ ਨਾ ਜਾਈਐ ਗਨ ਨਾ ਸਕੋ ਸੀਕਾ ਗਨ ਪੂਲਾ ਹੀ ਪੂਲਣਾ ਨਾਮਨ ਮਹਿ ਦੇਰੋ ਪ੍ਰਭ ਨਾਮਾ ਗਨ ਨੀ ਕਹਿ ਦੇਣੀ ਗਿਆਨਨ ਮਹਿ ਗਿਆਨੀ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿਧਾ ਸਿੱਧਾ ਸਿੱਧਾ ਕਸਕੇ ਬੋਲਣਾ ਕਰਮਨ ਸਿਰ ਕਰਮਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜੋ ਬੁਲਾਵਹਿ ਤੇ ਉਹ ਬੋਲੋ ਸਵਾਮੀ ਬੁਲਾਵਹਿ ਕਿੱਥੇ ਆ ਬੋਲਾਵਹਿ ਹੋੜੇ ਦੇ ਨਾਲ ਹੈ ਜਿਉ ਬੋਲਾਵਹਿ ਤਿਉ ਬੋਲਹਿ ਸਵਾਮੀ ਜਿਉ ਬੋਲਾਵਹਿ ਤਿਉ ਬੋਲਹਿ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ਪੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸਵਾਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਇਆਲ ਕੇਸਵ ਤਾਰ ਜਗ ਭਵ ਸਿੰਧ ਦੋ ਵਿਸਰਾਮ ਲਾਉਣੇ ਹਨ ਹਰ ਗੋਪਾਲ ਗੁਰ ਗੋਬਿੰਦ ਇੱਥੇ ਵਿਸਰਾਮ ਹੈ ਚਰਨ ਸਰਨ ਦਇਆਲ ਕੇਸਵ ਇੱਥੇ ਦੂਸਰਾ ਵਿਸਰਾਮ ਹੈ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ ਕਾਮ ਕ੍ਰੋਧ ਹਰਨ ਇੱਥੇ ਠਮਕ ਮਦ ਮੋਹ ਦਹਿਨ ਮਦ ਪੋਲਾ ਬੋਲਣਾ ਮਦ ਮੋਹ ਦਹਿਨ ਇੱਥੇ ਵਿਸਰਾਮ ਹੈ ਮੁਰਾਰ ਮਨ ਮਕਰੰਦ ਮੁਰਾਰ ਪਾਤੀ ਯਮਕ ਹੈ ਜਨਮ ਮਰਨ ਨਿਵਾਰ ਧਰਨੀ ਧਰ ਪਤ ਰਾਖ ਪਰਮਾਨੰਦ ਧਰਨੀ ਧਰ ਪਦ ਤੋਂ ਪਹਿਲਾਂ ਠਮਕ ਵੀ ਲਾ ਦੇਣੀ ਹੈ ਧਰਨੀ ਧਰ ਤੇ ਵਿਸਰਾਮ ਹੈ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ ਇਹ ਜਲਤ ਪਦ ਤੇ ਯਮਕ ਲਾ ਦੇਣੀ ਹੈ ਜਲਤ ਪੋਲਾ ਹੀ ਬੋਲਣਾ ਹੈ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ ਛੇਦ ਅਹੰਗ ਬੁੱਧ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਛੇਦ ਅਹੰਗ ਬੁੱਧ ਕਰੁਣਾ ਮੈਂ ਇੱਥੇ ਵਿਸਰਾਮ ਹੈ
ਮੈਂ ਪਦ ਤੇ ਬਿੰਦੀ ਨੀ ਲਾਉਣੀ, ਸੰਬੰਧਕ ਪਾਠ ਹੈ ਕਰੁਣਾ ਮੈਂ। ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰੱਥ ਪਾਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ ਦੀਨ ਦਿਆਲ ਪ੍ਰਸੰਨ ਪੂਰਨ ਜਾਚੀਐ ਰਾਜ ਸਾਧ। ਇਹ ਰਾਜਪੂਲਾ ਬੋਲਣਾ, ਇਹਨੂੰ ਰਾਜ ਨੀ ਕਹਿ ਦੇਣਾ, ਰਾਜ ਨਾਮ ਹੁੰਦਾ ਧੂੜੀ ਦਾ। ਜਾਚੀਐ ਰਾਜ ਸਾਧ ਮੋਹ ਮਿਥਨ ਦੁਰੰਤ ਆਸਾ ਵਾਸਨਾ ਵਿਕਾਰ। ਮੋਹ ਮਿਥਨ ਇੱਥੇ ਠਮਕ, ਦੁਰੰਤ ਆਸਾ ਇੱਥੇ ਵਿਸਰਾਮ ਹੈ, ਵਾਸਨਾ ਵਿਕਾਰ। ਰੱਖ ਧਰਮ ਭਰਮ ਵਿਦਾਰ ਮਨ ਤੇ ਉਧਰ ਹਰ ਨਿਰੰਕਾਰ। ਰੱਖ ਧਰਮ ਇੱਥੇ ਠਮਕ ਹੈ, ਆਮ ਰੱਖ ਧਰਮ ਭਰਮ ਵਿਦਾਰ ਮਨ ਤੇ ਐਵੇਂ ਕਹਿ ਜਾਂਦੇ ਨੇ, ਠਮਕ ਲਾ ਕੇ ਬੋਲਣਾ। ਰੱਖ ਧਰਮ ਭਰਮ ਵਿਦਾਰ ਮਨ ਤੇ ਇੱਥੇ ਵਿਸਰਾਮ, ਉਧਰ ਹਰ ਨਿਰੰਕਾਰ। ਧਨਾੜ ਆਡ ਭੰਡਾਰ ਹਰ ਨਿਦ ਹੋਤ ਜਿਨਾ ਨਾ ਚੀਰ। ਇਹ ਧਨਾੜ ਡੱਡੇ ਲਾ ਜਾਂਦੇ ਨੇ, ਢੱਡੇ ਉਚਾਰਨ ਕਰਨੇ ਨੇ। ਧਨਾੜ ਧਨਾੜ ਆਡ ਇੱਥੇ ਠਮਕ ਹੈ, ਭੰਡਾਰ ਹਰ ਨਿਦ ਇੱਥੇ ਵਿਸਰਾਮ ਹੈ। ਹੋਤ ਜਿਨਾ ਨਾ ਚੀਰ ਖਾਲ ਮੁਗਦ ਮੂੜ ਕਟਾਖ ਸ੍ਰੀ ਧਰ ਭਏ ਗੁਣ ਮਤ ਧੀਰ। ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ। ਪਹਿਲਾਂ ਖਲ ਨੀ ਕਹਿ ਦੇਣਾ, ਖਲ ਪੂਲਾ ਹੀ ਬੋਲਣਾ ਮੂਰਖ ਪੁਰਸ਼। ਖਲ ਮੁਗਦ ਮੂੜ ਇੱਥੇ ਠਮਕ, ਇਹ ਤਿੰਨ ਪਦਵੀਆਂ ਹਨ, ਜਿਵੇਂ ਅਸੰਖ ਮੂਰਖ ਅੰਧ ਘੋਰ, ਇਸੇ ਤਰ੍ਹਾਂ ਖਲ ਮੁਗਦ ਮੂੜ ਇੱਥੇ ਠਮਕ। ਕਟਾਖ ਸ੍ਰੀ ਧਰ, ਕਟਾਖ ਉਚਾਰਨ ਕਰਨਾ ਜਿਹੜਾ ਹੇਠਾਂ ਯਈਆ ਹੈ, ਇਸਦਾ ਉਚਾਰਨ ਖੱਖੇ ਸਿਆੜੀ ਐੜਾ ਹੈ। ਕਟਾਖ ਸ੍ਰੀ ਧਰ ਇੱਥੇ ਵਿਸਰਾਮ ਹੈ, ਸ੍ਰੀ ਧਰ ਇਕੱਠਾ ਲਿਖਿਆ ਹੋਇਆ, ਪਾਠ ਵੱਖਰਾ ਹੀ ਹੈ। ਖਲ ਮੁਗਧ ਮੂੜ ਕਟਾਖ ਸ੍ਰੀ ਧਰ ਭਏ ਗੁਣ ਮਤ ਧੀਰ। ਜੀਵਨ ਮੁਕਤ ਜਗਦੀਸ ਜਪ ਮਨ ਧਾਰ ਰਿਦ ਪ੍ਰਤੀਤ। ਜੀਵਨ ਮੁਕਤ ਜਗਦੀਸ ਜਪ ਮਨ ਇੱਥੇ ਵਿਸਰਾਮ, ਧਾਰ ਰਿਦ ਪ੍ਰਤੀਤ। ਜੀ ਦਇਆ ਮਯਾ ਸਰਬੱਤਰ ਨਮਣ ਪਰਮ ਹੰਸ ਹੈ ਰੀਤ। ਇਹ ਵੀ ਵਿਸਰਾਮ ਧਿਆਨ ਨਾਲ ਉਚਾਰਨ ਕਰਨਾ। ਜੀ ਦਇਆ ਮਯਾ ਇੱਥੇ ਠਮਕ, ਸਰਬੱਤਰ ਰਮਣ ਇੱਥੇ ਵਿਸਰਾਮ। ਪਰਮ ਹੰਸ ਹੈ ਸੰਬੰਧਕ ਪਾਠ ਹੈ, ਪਰਮ ਹੰਸ ਹੈ ਰੀਤ। ਦੇਤ ਦਰਸ਼ਨ ਸ੍ਰਵਨ ਹਰ ਜਸ ਰਸਨ ਨਾਮ ਉਚਾਰ। ਇਹ ਦੇਤ ਪਾਠ ਹੀ ਮੁੱਖ ਪਾਠ ਹੈ, ਕਈ ਸਰੂਪਾਂ ਚ ਨੇਤ ਪਾਠ ਵੀ ਆਇਆ, ਪਰ ਦੇਤ ਪਾਠ ਮੁੱਖ ਪਾਠ ਹੈ। ਦੇਤ ਦਰਸ਼ਨ ਸ੍ਰਵਨ ਹਰ ਜਸ ਇੱਥੇ ਵਿਸਰਾਮ, ਰਸਨ ਨਾਮ ਉਚਾਰ। ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ। ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ। ਹਾਂਜੀ, ਸਿਕੰਦਰ ਬਰਾਹਿਮ ਕੀ ਇੱਥੇ ਠਮਕ ਲਾ ਦੇਣੀ ਹੈ, ਵਾਰ ਕੀ ਧੁਨੀ ਇੱਥੇ ਵਿਸਰਾਮ ਹੈ। ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ
ਜੀਵਨ ਕੀ ਬੇਦ ਨਾਹ। ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹਿ। ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹਿ। ਮਹੱਲਾ ਤੀਜਾ ਅੰਦਰ ਸਹਸਾ ਦੁੱਖ ਹੈ ਆਪੈ ਸਿਰ ਧੰਦਾ ਮਾਰ। ਦੂਜੈ ਪਾਏ ਸੁੱਤੇ ਕਬਹਿ ਨਾ ਜਾਗਹਿ। ਦੂਜੈ ਪਾਏ ਸੁੱਤੇ ਕਬਹਿ ਨਾ ਜਾਗਹਿ। ਮਾਇਆ ਮੋਹ ਪਿਆਰ ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ। ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ। ਹਾਂਜੀ, ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ। ਨਾਨਕ ਜਮ ਮਾਰ ਕਰੇ ਖੁਆਰ। ਨਾਨਕ ਪਾਤੀ ਜਮ ਖਲਾ ਦਿੰਦੀ। ਪੌੜੀ ਆਪਣਾ ਆਪ ਉਪਾਇਓਣ ਤਦੋ ਹੋਰ ਨਾ ਕੋਈ। ਉਪਾਇਓਨ ਨੰਨਾ ਹੈਗਾ, ਨਾਣਾ ਨੀ ਲਾਉਣਾ। ਆਪਣਾ ਆਪ ਉਪਾਇਓਨ ਤਦੋ ਹੋਰ ਨਾ ਕੋਈ। ਆਪਣਾ ਆਪ ਉਪਾਇਓਨ ਤਦੋ ਹੋਰ ਨਾ ਕੋਈ। ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਤਦੋ ਆਕਾਸ ਨਾ ਪਤਾਲ ਹੈ। ਤਦੋ ਪਦ ਤੇ ਯਮਕ ਲਾ ਦੇਣੀ ਹੈ, ਪੂਲਾ ਹੀ ਤਦੋ ਪਦ ਉਚਾਰਨ ਕਰਨਾ, ਤਦੋ ਨੀ ਕਹਿਣਾ। ਤਦੋ ਆਕਾਸ ਨਾ ਪਾਤਾਲ ਹੈ। ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ। ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ। ਜਿਉ ਤਿਸ ਭਾਵੈ ਤਿਵੈ ਚਲ ਕਰੇ ਤਿਸ ਬਿਨ ਅਵਰ ਨਾ ਕੋਈ। ਸਲੋਕ ਮਹੱਲਾ ਤੀਜਾ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ ਉਹ ਔ ਹਾਣੀ ਕਦੇ ਨਾਹੀ। ਇਹ ਪਾਠ ਵੱਖਰਾ ਕਰਨਾ ਹੈ। ਉਹ ਇੱਥੇ ਯਮਕ ਲਾ ਦੇਣੀ ਹੈ। ਔ ਹਾਣੀ ਵੱਖਰਾ ਪਾਠ ਕਰਨਾ। ਔ ਹਾਣੀ ਕਦੇ ਨਾਹੀ, ਨਾ ਆਵੈ ਨਾ ਜਾਏ, ਯਾਨੀ ਉਹਦੀ ਹਾਨੀ ਕਦੇ ਨਹੀਂ ਹੁੰਦੀ ਹੈ। ਸਦਾ ਸਦਾ ਸੋ ਸੇਵੀ ਹੈ ਜੋ ਸਭ ਮਹਿ ਰਹਿ ਸਮਾਏ। ਅਵਰ ਦੂਜਾ ਕਿਉ ਸੇਵੀ ਹੈ ਜੰਮੈ ਤੈ ਮਰ ਜਾਏ। ਨਿਹਫਲ ਤਿਨ ਕਾ ਜੀਵਿਆ। ਨਿਹਫਲ ਤਿਨ ਕਾ ਜੀਵਿਆ। ਜੇ ਖਸਮ ਨਾ ਜਾਣੈ ਆਪਣਾ। ਦੋ ਵਿਸਰਾਮ ਹਨ, ਨਿਹਫਲ ਤਿਨ ਕਾ ਜੀਵਿਆ, ਇੱਥੇ ਵਿਸਰਾਮ ਹੈ। ਜੇ ਖਸਮ ਨਾ ਜਾਣ ਹੈ ਆਪਣਾ, ਇੱਥੇ ਦੂਸਰਾ ਵਿਸਰਾਮ ਹੈ। ਅਵਰੀ ਕਹੁ ਚਿਤ ਲਾਏ। ਅਵਰੀ ਕਹੁ ਚਿਤ ਲਾਏ। ਨਾਨਕ ਏਵ ਨਾ ਜਾਪਈ ਕਰਤਾ ਕੇਤੀ ਦੇ ਸਜਾਏ। ਮਹੱਲਾ ਤੀਜਾ। ਸੱਚਾ ਨਾਮ ਧਿਆਈ ਹੈ ਸਭੋ ਵਰਤੈ ਸੱਚ। ਨਾਨਕ ਹੁਕਮ ਬੁੱਝ ਪ੍ਰਵਾਨ ਹੋਏ। ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾ ਫਲ ਪਾਵੈ ਸੱਚ। ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝਈ। ਅੰਧਾ ਕਚਨ ਕੱਚ। ਕਥਨੀ ਬਦਨੀ ਕਰਤਾ ਫਿਰੈ, ਇੱਥੇ ਵਿਸਰਾਮ ਹੈ। ਹੁਕਮੈ ਮੂਲ ਨਾ ਬੁੱਝਈ ਅੰਧਾ ਕਚਨ ਕੱਚ। ਇਹ ਕਚਨ ਕੱਚ ਪਾਠ ਕਰਨਾ, ਕੱਚ ਨੇ ਕੱਚ ਨੀ ਕਹਿਣਾ। ਪੌੜੀ ਸੰਯੋਗ ਵਿਯੋਗ ਉਪਾਏ ਓਨ ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸਤਿਗੁਰ ਸ਼ਬਦ ਸੁਣਾਇਆ।
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦਾ ਲਾਇਆ। ਆਏ ਵਿਸ਼ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ, ਧਿਆਨ ਨਾਲ ਲਾਉਣਾ ਹੈ। ਵਿਸ਼ਰਾਮ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ, ਇੱਥੇ ਵਿਸ਼ਰਾਮ ਹੈ, ਸਿਰ ਧੰਦਾ ਲਾਇਆ। ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ। ਸਲੋਕ ਮਹੱਲਾ ਤੀਜਾ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ, ਸਤਿਗੁਰ ਕੈ ਭਾਣੈ ਵਡਿਆਈ ਪਾਵੈ, ਨਾਨਕ ਆਪ ਛੋੜ ਗੁਰ ਮਾਹਿ ਸਮਾਵੈ। ਮਹੱਲਾ ਤੀਜਾ। ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਨਾਨਕ ਜਿਸ ਆਪ ਵਡਿਆਈ ਦੇਵੈ। ਪੌੜੀ ਮਾਇਆ ਮੋਹ ਅਗਿਆਨ ਹੈ, ਵਿਖਮ ਅਤ ਭਾਰੀ, ਪੱਥਰ ਪਾਪ ਬਹੁ ਲੱਦਿਆ ਕਿਉ ਤਰੀਆ ਤਾਰੀ, ਅਨਦਿਨ ਭਗਤੀ ਰੱਤਿਆ ਹਰ ਪਾਰ ਉਤਾਰੀ। ਹਰ ਪਾਤੀ ਯਮਕ ਹੈ। ਗੁਰ ਸਬਦੀ ਮਨ ਨਿਰਮਲਾ, ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।